मैं रामकरण सिंह सैकटरी जनरल पंजाब भारतीय किसान यूनियन लखोवाल अज साड़ी कल मोगे दे विच 30 किसान जथेबंदियां मीटिंग हुई थी उसे असी फैसला लिया सी वी जिहड़ा आर्डीनेंस है ये किसान विरोधी है इहदा करके पंजाब दे विच सारे पंजाब च मोदी दे पुतले ते कापियां आर्डीनेंस दियां साड़ियां जाण उसे दे तहत अज सारे पंजाब दे विच आर्डीनेंस दियां कापियां साड़ियां जा रही हैं उसे तहत अज रामा मंडी दे इत्थे चौंक दे विच इहदी कापी साड़ी ते पुतला साड़िया जा रहा है क्योंकि जिहड़ा आर्डीनेंस ये केंद्र सरकार लैके आई है ਉਹ ਕਿਸਾਨ ਦੇ ਵਿਰੋਧੀ ਹੈ ਪੰਜਾਬ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਇਸ ਕਰਕੇ ਸਾਡਾ ਬਹੁਤ ਵੱਡਾ ਨੁਕਸਾਨ ਹੋਣਾ ਪੰਜਾਬ ਦਾ ਅਤੇ ਕਿਸਾਨਾਂ ਦਾ ਜਿਹਦਾ ਕਰਕੇ ਅਸੀਂ ਕਹਿੰਦੇ ਹਾਂ ਵੀ ਜਿਹੜਾ ਆਰਡੀਨੈਂਸ ਹੈ ਇਹ ਤੁਸੀਂ ਕਿਸਾਨਾਂ ਦੇ ਹਿੱਤਾਂ ਲਈ ਨਹੀਂ ਇਹ ਤੁਸੀਂ ਪ੍ਰਾਈਵੇਟ ਘਰਾਣਿਆਂ ਦੇ ਹਿੱਤਾਂ ਲਈ ਲੈ ਕੇ ਆਏ ਹੋ ਕਿਉਂਕਿ ਪ੍ਰਾਈਵੇਟ ਘਰਾਣਿਆਂ ਨੂੰ ਇਹਨਾਂ ਨੇ ਟੈਕਸ ਤੋਂ ਛੋੜ ਦਿੱਤੀ ਹੈ ਅਤੇ ਇੱਕ ਅੰਦਰਲੀ ਮੰਡੀ ਹੈ ਇੱਕ ਬਾਹਰਲੀ ਮੰਡੀ ਹੈ ਇਸ ਕਰਕੇ ਜਿਹੜੀ ਅੰਦਰਲੀ ਮੰਡੀ ਹੈ ਉਹਦੇ ਟੈਕਸ 165 ਰੁਪਏ ਬਾਹਰਲੀ ਮੰਡੀ ਵਪਾਰੀਆਂ ਦੀ ਉਹਦੇ 165 ਰੁਪਏ ਟੈਕਸ ਨਹੀਂ ਹੈ ਉਸ ਕਰਕੇ 65 ਰੁਪਏ ਕਿਸਾਨ ਨੂੰ 100 ਵੱਧ ਦੇਣਗੇ ਕੁਆਟਲ ਮਗਰ ਅਤੇ ਇਸ ਕਰਕੇ ਜਿਹੜਾ ਕਿਸਾਨ ਹੈ ਸਰਕਾਰੀ ਏਜੰਸੀ 'ਚ ਵੇਚੂ ਨੂੰ ਉਹ ਜਾ ਕੇ ਪ੍ਰਾਈਵੇਟ ਨੂੰ ਵੇਚੂਗਾ ਜਿਹਦਾ ਕਰਕੇ ਸਾਡੀ MSC ਟੁੱਟਦੀ ਹੈ ਸਾਡੀ ਸਰਕਾਰੀ ਖਰੀਦ ਖਤਮ ਹੁੰਦੀ ਹੈ ਇਸ ਕਰਕੇ ਅਸੀਂ ਇਹਦਾ ਸਾਰੇ ਵਿਰੋਧ ਕਰ ਰਹੇ ਹਾਂ ਅੱਜ ਇਹਨਾਂ ਨੇ ਪਹਿਲਾਂ ਲੋਕ ਸਭਾ ਦੇ ਵਿੱਚ ਇਹ ਬਿੱਲ ਪੇਸ਼ ਕਰਕੇ ਪਾਸ ਕਰਤੇ ਹੈ ਕਾਨੂੰਨ ਬਣਾਈ ਜਾ ਰਹੇ ਨੇ ਅੱਜ ਇਹਨਾਂ ਨੇ ਰਾਜ ਸਭਾ ਦੇ ਵਿੱਚ ਬਿੱਲ ਪੇਸ਼ ਕਰਨੇ ਆ ਜਿਹਦਾ ਕਰਕੇ ਅਸੀਂ ਸਾਰੇ ਇਹ ਪੂਤਲੇ ਫੂਕ ਰਹੇ ਹਾਂ ਇਹ ਅਸੀਂ 30 ਕਿਸਾਨ ਜਥੇਬੰਦੀਆਂ ਜਿਹੜੀਆਂ ਅਸੀਂ ਅੱਜ ਤਾਂ ਸਾਡਾ ਇਹ ਸਟੈਪ 25 ਤਰੀਕ ਨੂੰ ਸਾਡਾ ਸਾਰਾ ਪੰਜਾਬ ਬੰਦ ਹੈ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਸਾਰੇ ਪੰਜਾਬ ਨੂੰ ਵੀ ਸਾਡਾ ਜਿੰਨਾ ਹੈਗਾ ਆਰਡੀਨੈਂਸ ਦੇ ਖਿਲਾਫ ਸਾਰੇ ਖੜ੍ਹੇ ਹੋ ਜਾਓ ਸੰਯੋਗ ਦਿਓ ਇਹ ਕਿਉਂਕਿ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਣਾ ਹੈ ਜਿੰਨਾ ਚਿਕ ਇਹ ਜਿਹੜਾ ਆਰਡੀਨੈਂਸ ਹੈ ਇਹ ਵਾਪਸ ਨਹੀਂ ਹੁੰਦਾ ਉਹਨਾਂ ਚਿਕ ਭਾਰਤੀ ਕਿਸਾਨ ਯੂਨੀਅਨ ਵੱਲੋਂ ਇਹਦੇ ਦੇ ਖਿਲਾਫ ਸੰਘਰਸ਼ ਜਾਰੀ ਰਹੂਗਾ ਬਿਲਕੁਲ ਗਲਤ ਝੂਠੇ ਬਿਆਨ ਇਹਨਾਂ ਦੇ ਜੇ ਇਹ ਕਹਿੰਦੇ ਕਿਸਾਨਾਂ ਦੇ ਹੱਕ 'ਚ ਆ ਤਾਂ ਫਿਰ ਅਸੀਂ ਜਿੰਦਾਬਾਦ ਦੇ ਨਾਅਰੇ ਲਾਉਂਦੇ ਅੱਜ ਮੁਰਦਾਬਾਦ ਦੇ ਕਿਉਂ ਲਾਉਂਦੇ ਕਿਉਂ ਮੋਦੀ ਦੇ ਅੱਜ ਪੁਤਲੇ ਫੂਕਦੇ ਕਿਉਂ ਸੈਂਟਰ ਸਰਕਾਰ ਦੇ ਖਿਲਾਫ ਹੈ ਜਦੋਂ ਇਹ ਕਿਸਾਨਾਂ ਲਈ ਬਿੱਲ ਲਿਆ ਰਹੇ ਜਦੋਂ ਕਿਸਾਨ ਹੀ ਨਹੀਂ ਖੁਸ਼ ਜਿਹੜੀ ਕਿਸਾਨਾਂ ਦੀ ਮੰਗ ਆ ਉਹ ਇਹ ਬਿੱਲ ਲਿਆ ਨਹੀਂ ਰਹੇ ਉਹ ਪਾਉਣ ਅਸੀਂ ਕਹਿੰਦੇ ਵੀ ਇਹ ਬਿੱਲ ਦੇ ਵਿੱਚ MSP ਦੇ ਤਹਿਤ ਕਾਨੂੰਨ ਬਣਾਇਆ ਜਾਵੇ ਕਿ ਬਿੱਲ ਹੋਰ ਪਾਸ ਕਰ ਦਿਓ ਚੌਥਾ ਜਿੱਥੇ 3 ਕੀਤੇ ਨੇ ਉਹਦੇ ਵਿੱਚ ਅਸੀਂ ਮੰਗ ਕਰਦੇ ਜੇ ਪ੍ਰਾਈਵੇਟ ਵਪਾਰੀ ਜੋ ਸਰਕਾਰੀ ਖਰੀਦ ਤੋਂ ਘੱਟ ਖਰੀਦਦਾ ਤਾਂ ਘੱਟੋ ਘੱਟ ਉਸ ਪ੍ਰਾਈਵੇਟ ਵਪਾਰੀ ਨੂੰ 10 ਸਾਲ ਦੀ ਸਜ਼ਾ ਤਾਂ ਕੀਤੀ ਜਾਵੇ ਔਰ ਜੇ ਪ੍ਰਾਈਵੇਟ ਵਪਾਰੀ ਨਹੀਂ ਖਰੀਦਦਾ ਤਾਂ ਸਰਕਾਰ ਖਰੀਦੂਗੀ ਕੋਈ ਜ਼ਿੰਮੇਵਾਰੀ ਤਾਂ ਬਣੇ ਸਿਰਫ ਇਹ ਅਖਬਾਰੀ ਬਿਆਨ ਹੈ ਇਕੱਲੇ ਜਵਾਨੀ ਆ ਜਵਾਨੀ ਨਾਲ ਨਹੀਂ ਚੱਲਦਾ ਹੁੰਦਾ ਇਸ ਕਰਕੇ ਕਿਸਾਨਾਂ ਦੇ ਵਿੱਚ ਖਦਸ਼ਾ ਵੀ ਹੈ ਔਰ ਯਕੀਨ ਵੀ ਹੈ ਵੀ ਇਹ ਸਾਡੇ ਨੂੰ ਮਤਲਬ ਧੋਖਾ ਕਰਨਗੇ ਜਦੋਂ ਦਾ ਮੋਦੀ ਆਇਆ ਇਹਨੇ ਸਭ ਕੁਝ ਵੇਚ ਚੁੱਕਿਆ ਇਹ ਕਿਸਾਨਾਂ ਮਜ਼ਦੂਰਾਂ ਸਭ ਨੂੰ ਵੇਚ ਦੂਗਾ ਇਸ ਕਰਕੇ ਅਸੀਂ ਇੱਕ ਮੋਦੀ ਹੈ ਉਹ ਕਿਸਾਨ ਵਿਰੋਧੀ ਹੈ ਇਸ ਤਹਿਤ ਅਸੀਂ ਅੱਜ ਰਾਮੇ ਵੀ ਹੋਰ ਵੀ ਸਾਰੇ ਪਿੰਡਾਂ ਦੇ ਵਿੱਚ ਪੁਤਲੇ ਫੂਕਾਂਗੇ ਅੱਜ ਰਾਜ ਸਭਾ ਦੇ ਵਿੱਚ ਇਹ ਬਿੱਲ ਪੇਸ਼ ਹੋਣਾ ਉਹਦਾ ਅਸੀਂ ਅੱਜ ਡਟਮਾ ਵਿਰੋਧ ਕਰਦੇ ਹਾਂ ਆਉਣ ਵਾਲੇ ਸੰਘਰਸ਼ ਜਿੰਨਾ ਚਿਰ ਇਹ ਆਰਡੀਨੈਂਸ ਵਾਪਸ ਨਹੀਂ ਆਉਂਦੇ ਸਾਡਾ ਸੰਘਰਸ਼ ਜਾਰੀ ਰਹੂਗਾ ਬਿਲਕੁਲ ਇਸ